प्यारे बच्चों आज हम व्याकरण में बोली के बारे में जानेंगे बोली को भाषा भी कहते हैं बच्चों बोली दी लोड क्यों पई आओ असि इस बारे गल करदे हां शुरू विच जदों भाषा नहीं सी ता मनुख इशारियां नाल अपने मन दे ਵਿਚਾਰਾਂ नु प्रगट करदा सी होली-होली उसने अपने ਵਿਚਾਰਾਂ नु ਪਰਗਟ ਕਰਨ ਲਈ ਪੱਥਰਾ ਅਤੇ ਚਟਾਨਾ ਉੱਤੇ ਸੰਕੇਤ ਜਾਂ ਚਿੰਨ੍ਹ ਬਣਾਉਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਸੰਕੇਤਾਂ ਦੀ ਮਦਦ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕੁਝ ਆਸਾਨ ਹੋ ਗਿਆ। ਜਿਵੇਂ-ਜਿਵੇਂ ਮਨੁੱਖ ਨੂੰ ਸਮਝ ਆਉਂਦੀ ਗਈ, ਤਿਵੇਂ-ਤਿਵੇਂ ਉਸ ਨੂੰ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਇੱਕ ਸਾਧਨ ਦੀ ਜ਼ਰੂਰਤ ਮਹਿਸੂਸ ਹੋਈ। ਜਿਸ ਦੇ ਕਾਰਨ ਭਾਸ਼ਾ ਜਾਂ बोली बणी प्रश्न 1 बोली दी परिभाषा ਅਤੇ ਉਸ ਦੀਆਂ ਕਿਸਮਾਂ ਲਿਖੋ ਉੱਤਰ ਪਰਿਭਾਸ਼ਾ ਬੋਲੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਲਿਖ ਕੇ ਜਾਂ बोल के ਦੂਜਿਆਂ ਅੱਗੇ ਪ੍ਰਗਟ ਕਰਦੇ ਹਾਂ ਉਸ ਨੂੰ ਬੋਲੀ ਆਖਦੇ ਹਨ ਕਿਸਮਾਂ ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ ਨੰਬਰ 1 ਬੋਲਚਾਲ ਦੀ ਬੋਲੀ ਜਦੋਂ ਅਸੀਂ ਆਪਣੇ ਮਨ ਦੇ ਭਾਵਾਂ ਨੂੰ ਬੋਲ ਕੇ ਦੂਜੇ ਅੱਗੇ ਪ੍ਰਗਟ ਕਰਦੇ ਹਾਂ ਤਾਂ ਉਸ ਨੂੰ ਬੋਲ ਚਾਲ ਦੀ ਬੋਲੀ ਆਖਿਆ ਜਾਂਦਾ ਹੈ। ਅਲੱਗ-ਅਲੱਗ ਇਲਾਕਿਆਂ ਦੀ ਅਲੱਗ-ਅਲੱਗ ਬੋਲੀ ਹੁੰਦੀ ਹੈ। ਪਰੰਤੂ ਇਹ ਭਾਸ਼ਾ ਸ਼ੁੱਧ ਨਹੀਂ ਹੁੰਦੀ ਤੇ ਨਾ ਹੀ ਵਿਆਕਰਨ ਦੇ ਨਿਯਮਾਂ ਅਨੁਸਾਰ ਹੁੰਦੀ ਹੈ। 2 ਲਿਖਤੀ ਬੋਲੀ ਲਿਖਤੀ ਬੋਲੀ ਜਿਸ ਵਿੱਚ ਬੋਲੀ ਬੋਲ ਕੇ ਨਹੀਂ ਸਗੋਂ ਲਿਖ ਕੇ ਪ੍ਰਗਟ ਕੀਤੀ ਜਾਂਦੀ ਹੈ ਇਸ ਵਿੱਚ ਸਾਹਿਤ ਦੀ ਰਚਨਾ ਵੀ ਕੀਤੀ ਜਾਂਦੀ ਹੈ ਇਸ ਲਈ ਇਸ ਨੂੰ ਸਾਹਿਤਿਕ ਬੋਲੀ ਵੀ ਕਹਿੰਦੇ ਹਨ ਇਹ ਕਾਫੀ ਸ਼ੁੱਧ ਅਤੇ ਵਿਆਕਰਨ ਦੇ ਨਿਯਮਾਂ ਦੇ ਅਨੁਸਾਰ ਹੁੰਦੀ ਹੈ ਇਸ ਦੀ ਵਰਤੋਂ ਕਿਤਾਬਾਂ ਅਖਬਾਰਾਂ ਸਰਕਾਰੀ ਦਫ਼ਤਰਾਂ ਵਿੱਚ ਹੁੰਦੀ ਹੈ ਇਸ ਨੂੰ ਟਕਸਾਲੀ ਬੋਲੀ ਵੀ ਆਖਦੇ ਹਨ ਥੈਂਕ ਯੂ ਹੈਵ ਅ ਨਾਈਸ ਡੇ